ਫਤਿਹਗੜ੍ਹ ਸਾਹਿਬ ਦੇ ਮਾਤਾ ਗੁਜਰੀ ਕਾਲਜ ਵਿਖੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਮੁਫ਼ਤ ਅੱਖਾਂ ਦਾ ਅਤੇ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਸਾਬਕਾ DGP ਪਰਮਜੀਤ ਸਿੰਘ ਗਿੱਲ ਨੇ ਕੀਤਾ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਇਹ 356ਵਾਂ ਕੈਂਪ ਲਗਾਇਆ ਗਿਆ ਹੈ। ਇਸ ਮੌਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ SPS ਓਬਰਾਏ ਵੱਲੋਂ ਮਾਤਾ ਗੁਜਰੀ ਕਾਲਜ ਵਿੱਚ ਪੜ੍ਹਨ ਵਾਲੇ ਲੋੜਵੰਦ ਅਤੇ ਹੁਸ਼ਿਆਰ ਵਿਦਿਆਰਥੀਆਂ ਨੂੰ ਲਗਭਗ 4.5 ਲੱਖ ਰੁਪਏ ਦੇ ਚੈੱਕ ਵੀ ਵੰਡੇ ਗਏ। ਇਸ ਮੌਕੇ ਸਾਬਕਾ DGP ਪਰਮਜੀਤ ਸਿੰਘ ਗਿੱਲ ਨੇ ਕਿਹਾ ਕਿ ਇੱਥੇ ਆ ਕੇ ਬਹੁਤ ਜ਼ਿਆਦਾ ਸੇਵਾ ਭਾਵਨਾ ਦਾ ਮਾਹੌਲ ਦੇਖਣ ਨੂੰ ਮਿਲਿਆ ਹੈ। ਇੱਥੇ ਇਕੱਲਾ ਅੱਖਾਂ ਦਾ ਚੈੱਕਅਪ ਕੈਂਪ ਨਹੀਂ, ਸਗੋਂ ਸਾਰੇ ਮੈਡੀਕਲ ਚੈੱਕਅਪ ਕਰਵਾ ਕੇ ਫ੍ਰੀ ਦਵਾਈਆਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਉਹਨਾਂ ਕਿਹਾ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ SPS ਓਬਰਾਏ ਵੱਲੋਂ ਤਕਰੀਬਨ ਪੂਰੇ ਪੰਜਾਬ ਵਿੱਚ ਟਰੱਸਟ ਦੀਆਂ ਬ੍ਰਾਂਚਾਂ ਵੀ ਖੁੱਲੀਆਂ ਹੋਈਆਂ ਹਨ। ਉਹਨਾਂ ਕਿਹਾ ਮੈਡੀਕਲ ਸਹਾਇਤਾ ਦੇ ਨਾਲ ਨਾਲ ਲੋੜਵੰਦ ਬੱਚਿਆਂ ਨੂੰ ਮੁਫ਼ਤ ਸਿੱਖਿਆ ਵੀ ਟਰੱਸਟ ਵੱਲੋਂ ਦਿੱਤੀ ਜਾਂਦੀ ਹੈ। ਇਸ ਮੌਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ SPS ਓਬਰਾਏ ਨੇ ਕਿਹਾ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਲਗਭਗ 6 ਸਾਲ ਪਹਿਲਾਂ ਅੱਖਾਂ ਦਾ ਕੈਂਪ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਸੀ। ਉਹਨਾਂ ਕਿਹਾ ਕਿ ਹੁਣ ਤੱਕ 356 ਕੈਂਪ ਲਗਾ ਚੁੱਕੇ ਹਾਂ। ਉਹਨਾਂ ਕਿਹਾ 30,000 ਦੇ ਕਰੀਬ ਮਰੀਜ਼ਾਂ ਦੇ ਅੱਖਾਂ ਦੇ ਆਪਰੇਸ਼ਨ ਵੀ ਟਰੱਸਟ ਵੱਲੋਂ ਕਰਵਾਏ ਜਾ ਚੁੱਕੇ ਨੇ। ਉਹਨਾਂ ਕਿਹਾ ਕਿ ਟਰੱਸਟ ਵੱਲੋਂ ਸਾਰਾ ਇਲਾਜ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਇਸ ਕੈਂਪ ਵਿੱਚੋਂ ਜਿਹੜੇ ਮਰੀਜ਼ਾਂ ਦੇ ਆਪਰੇਸ਼ਨ ਹੋਣ ਵਾਲੇ ਨੇ ਉਹਨਾਂ ਨੂੰ ਕੱਲ੍ਹ ਪਟਿਆਲਾ ਹਸਪਤਾਲ ਵਿਖੇ ਮੁਫ਼ਤ ਆਪਰੇਸ਼ਨ ਅਤੇ ਵਧੀਆ ਮੁਫ਼ਤ ਲੈਂਸ ਪਾਏ ਜਾਣਗੇ। ਦੁਬਈ 'ਚੋਂ ਛੁਡਾਏ ਭਾਰਤੀਆਂ ਬਾਰੇ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਸਾਡੇ ਕੋਲ 127 ਦੇ ਕਰੀਬ ਫਾਂਸੀ ਦੀ ਸਜ਼ਾ ਦੇ ਕੇਸ ਆਏ ਸਨ। ਉਹਨਾਂ ਕਿਹਾ ਕਿ 94 ਬੱਚਿਆਂ ਦੀ ਫਾਂਸੀ ਦੀ ਸਜ਼ਾ ਮਾਫ਼ ਕਰਵਾ ਚੁੱਕੇ ਹਾਂ ਅਤੇ ਬੱਚੇ ਆਪਣੇ ਘਰਾਂ ਤੱਕ ਪਹੁੰਚ ਚੁੱਕੇ ਹਨ। ਉਹਨਾਂ ਕਿਹਾ ਕਿ ਬਾਕੀ ਬੱਚਿਆਂ ਦੇ ਕੇਸ ਲੜੇ ਜਾ ਰਹੇ ਨੇ। ਉਮੀਦ ਹੈ ਕਿ ਅਗਲੇ 2 ਮਹੀਨਿਆਂ ਤੱਕ ਹੋਰ 14 ਬੱਚਿਆਂ ਨੂੰ ਵੀ ਰਿਹਾਅ ਕਰਵਾ ਲਿੱਤਾ ਜਾਵੇਗਾ। ਇਸ ਮੌਕੇ ਸਾਬਕਾ DIG ਪਰਮਜੀਤ ਸਰਾਓ, ਪਿੰਕੂ ਬਾਟ, ਮਾਤਾ ਗੁਜਰੀ ਕਾਲਜ ਦੇ ਪ੍ਰਿੰਸੀਪਲ ਕਸ਼ਮੀਰ ਸਿੰਘ, ਐਡਵੋਕੇਟ ਚੀਮਾ ਅਤੇ ਕੈਪਟਨ ਸੇਵਾ ਸਿੰਘ ਨੇ ਕਿਹਾ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਲਗਾਇਆ ਗਿਆ ਹੈ। ਉਹਨਾਂ ਕਿਹਾ ਕਿ ਇਹ ਕੈਂਪ ਹਰ ਸਾਲ ਮਾਤਾ ਗੁਜਰੀ ਕਾਲਜ ਵਿਖੇ ਲਗਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਇਸ ਕੈਂਪ ਵਿੱਚ ਮਰੀਜ਼ਾਂ ਦੇ ਅੱਖਾਂ ਦਾ ਚੈੱਕਅਪ ਕਰਕੇ ਉਹਨਾਂ ਨੂੰ ਮੁਫ਼ਤ ਐਨਕਾਂ ਵੀ ਦਿੱਤੀਆਂ ਜਾਂਦੀਆਂ ਹਨ। ਉਹਨਾਂ ਕਿਹਾ ਕਿ ਟਰੱਸਟ ਵੱਲੋਂ ਮਾਤਾ ਗੁਜਰੀ ਕਾਲਜ ਵਿੱਚ ਪੜ੍ਹਨ ਵਾਲੇ ਲੋੜਵੰਦ ਅਤੇ ਹੁਸ਼ਿਆਰ ਵਿਦਿਆਰਥੀਆਂ ਨੂੰ ਲਗਭਗ 4.5 ਲੱਖ ਰੁਪਏ ਦੇ ਚੈੱਕ ਵੀ ਵੰਡੇ ਗਏ ਨੇ। ਮੈਨੂੰ ਅੱਜ ਇੱਥੇ ਆ ਕੇ ਬਹੁਤ ਹੀ ਖੁਸ਼ੀ ਹੋਈ, ਹੈਰਾਨੀ ਵੀ ਹੋਈ ਅਤੇ ਖੁਸ਼ੀ ਵੀ ਬਹੁਤ ਹੋਈ ਕਿ ਹਾਲੇ ਤੱਕ ਅਸੀਂ ਓਬਰਾਏ ਸਾਹਿਬ ਨੂੰ ਜਾਣਦੇ ਸੀ ਕਿ ਉਹ ਇਨਸਾਨ ਹੈ ਜਿਨ੍ਹਾਂ ਨੇ ਦੁਬਈ ਤੋਂ ਜਿਹੜੇ ਬੱਚੇ ਫੜੇ ਗਏ ਸੀਗੇ, ਜੇਲ੍ਹਾਂ 'ਚ ਬੈਠੇ ਸੀ, ਉਹਨਾਂ ਨੂੰ ਛੁਡਾ ਕੇ ਲਿਆਂਦਾ ਸੀ। ਲੇਕਿਨ ਅੱਜ ਇੱਥੇ ਆ ਕੇ ਇੰਨੀ ਖੁਸ਼ੀ ਹੋਈ ਦੇਖ ਕੇ ਵੀ ਇੰਨਾ ਸੇਵਾ ਪਾਉਂਦਾ ਹੈ ਮਾਹੌਲ ਇਹਨਾਂ ਨੇ ਇੱਥੇ ਬਣਾਇਆ ਕਿ ਲੋਕਾਂ ਨੂੰ ਫ੍ਰੀ ਟ੍ਰੀਟਮੈਂਟ ਦਿੰਦੇ ਆ। ਇਕੱਲੀ ਆਈ ਕੈਂਪ ਨਹੀਂ, ਮਤਲਬ ਸਾਰੇ ਮੈਡੀਕਲ ਚੈੱਕਅਪਸ ਕਰਾ ਕੇ ਨਾਲ ਫ੍ਰੀ ਐਨਕਾਂ, ਫ੍ਰੀ ਦਵਾਈ, ਸਾਰਾ ਕੁਛ ਦੇ ਰਹੇ ਹੈ। ਔਰ ਇਸ ਤੋਂ ਇਲਾਵਾ ਇਹਨਾਂ ਨੇ ਤਕਰੀਬਨ ਸਾਰੇ ਪੰਜਾਬ 'ਚ ਇਹੋ ਜਿਹੇ ਟਰੱਸਟ ਦੇ ਬ੍ਰਾਂਚਿਸ ਖੋਲ੍ਹੇ ਹੋਏ ਆ ਜਿੱਥੇ ਲੋਕਾਂ ਨੂੰ ਫ੍ਰੀ ਮੈਡੀਕਲ ਟ੍ਰੀਟਮੈਂਟ ਅਤੇ ਐਜੂਕੇਸ਼ਨ, ਜਿਹੜੇ ਬੱਚਿਆਂ ਦੇ ਪੇਰੈਂਟਸ ਨਹੀਂ ਹੈ ਜਾਂ ਸਿੰਗਲ ਪੇਰੈਂਟਸ ਹੈ ਉਹਨਾਂ ਨੂੰ ਦੇ ਰਹੇ। ਅਤੇ ਬਹੁਤ ਹੀ ਜ਼ਿਆਦਾ ਚੈਰੀਟੇਬਲ ਇੰਸਟੀਟਿਊਸ਼ਨ ਨੂੰ ਇਹਨਾਂ ਨੇ ਵਧਾ ਕੇ ਅਤੇ ਲੋਕਾਂ ਦੀ ਸੇਵਾ ਵਿੱਚ ਸੇਵਾ ਭਾਵ ਬਣਾਈ ਹੋਈ ਹੈ। ਇਹਨਾਂ ਨੂੰ ਬਹੁਤ ਬਹੁਤ ਮੁਬਾਰਕ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਕੋਈ 6.5 ਸਾਲ ਪਹਿਲਾਂ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਸੀ ਜਿਹੜੀ ਅੱਖਾਂ ਦੇ ਕੈਂਪ ਲਾਉਣ ਦੇ। ਪਹਿਲਾ ਕੈਂਪ ਪਟਿਆਲੇ ਲੱਗਾ ਸੀ, ਉਸ ਤੋਂ ਬਾਅਦ ਅਸੀਂ ਹੁਣ ਤੱਕ ਤਕਰੀਬਨ 356 ਕੈਂਪ ਲੱਗ ਚੁੱਕੇ ਨੇ ਔਰ ਤਕਰੀਬਨ ਅਸੀਂ 30,000 ਦੇ ਕਰੀਬ ਜਿਹੜੇ ਆ ਅੱਖਾਂ ਦੇ ਆਪਰੇਸ਼ਨ ਕਰਕੇ, ਮੋਤੀਆਂ ਦੇ ਆਪਰੇਸ਼ਨ, ਫਿਰ ਅਸੀਂ ਲੈਂਸ ਪਾ ਚੁੱਕੇ ਹਾਂ। ਇਹਦੇ 'ਚ ਜਿਸ ਤਰ੍ਹਾਂ ਦੱਸਿਆ ਕਿ ਐਨਕਾਂ ਫ੍ਰੀ ਨੇ, ਦਵਾਈਆਂ ਫ੍ਰੀ ਨੇ, ਸਾਰਾ ਟ੍ਰੀਟਮੈਂਟ ਟੋਟਲੀ ਫ੍ਰੀ ਕੀਤਾ ਜਾਂਦਾ ਹੈ। ਤੋ ਫਤਿਹਗੜ੍ਹ ਸਾਹਿਬ ਦੇ ਵਿੱਚ ਮਾਤਾ ਗੁਜਰੀ ਕਾਲਜ ਵਿੱਚ ਜਿਹੜਾ ਹਰ ਸਾਲ ਕੈਂਪ ਲੱਗਦਾ, ਇੱਥੇ ਸਾਡੇ ਜਿਹੜੇ ਸਿਆਟਲ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਪਿੰਟੂ ਬਾਠ, ਸੋ ਇਹ ਕੈਂਪ ਉਹਨਾਂ ਵੱਲੋਂ ਹਰ ਸਾਲ ਲਵਾਇਆ ਜਾਂਦਾ। ਇਹਦੇ ਜਿਹੜਾ ਕੈਂਪ ਲੱਗਿਆ ਅੱਖਾਂ ਦਾ, ਇਹ ਜਿਹੜਾ ਜਿੰਨਾ ਵੀ ਖਰਚਾ ਆਏਗਾ ਇਹਦਾ, ਉਹ ਖਰਚਾ ਸਾਰਾ ਉਹ ਪਿੰਟੂ ਬਾਠ ਹੋਣੀ ਹੀ ਦਿੰਦੇ ਨੇ ਔਰ ਹਰ ਸਾਲ ਜਿਹੜਾ ਇਹ ਇਹਨਾਂ ਵੱਲੋਂ ਕੀਤਾ ਜਾਂਦਾ ਜੀ। ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਅਸੀਂ ਅੱਖਾਂ ਦੇ ਕੈਂਪ ਲਗਾ ਰਹੇ ਹਾਂ, ਡਾਇਲਸਿਸ ਦੀ ਮੈਂ ਜ਼ਰੂਰ ਦੱਸਣਾ ਚਾਹਾਂਗਾ ਕਿ
ਹੁਣ ਤੱਕ ਅਸੀਂ ਪੰਜਾਬ ਦੇ ਵਿੱਚ 90 ਤੋਂ ਉੱਤੇ ਯੂਨਿਟ ਲਗਾ ਚੁੱਕੇ ਹਾਂ। ਟੋਟਲ ਸਾਡੇ 31 ਮਾਰਚ ਤੱਕ 200 ਯੂਨਿਟ ਸਾਡਾ ਹੋ ਜਾਏਗਾ। ਸਾਡਾ ਸਿਰਫ ਇਹ ਸੇਵਾ ਕਿ ਅਸੀਂ 15 ਜਾਂ 20 ਕਿਲੋਮੀਟਰ ਦੇ ਅੰਦਰ ਅੰਦਰ ਇਹ ਫੈਸਿਲਿਟੀ ਜਿਹੜੀ ਹੈ ਉਹਨਾਂ ਨੂੰ ਪ੍ਰੋਵਾਈਡ ਕਰੀਏ, ਕਿਉਂਕਿ ਅੱਜ ਤੋਂ 2.5-3 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਇਹੋ ਜਿਹੇ ਪੇਸ਼ੈਂਟ ਨੂੰ ਡਾਇਲਸਿਸ ਕਰਾਉਣ ਲਈ 150-200 ਕਿਲੋਮੀਟਰ ਜਾਣਾ ਪੈਂਦਾ ਸੀ, ਔਰ ਜਿਹੜਾ ਇਲਾਜ ਇੰਨਾ ਮਹਿੰਗਾ ਕਿ 2,500-3,000 ਰੁਪਏ ਇੱਕ ਡਾਇਲਸਿਸ 'ਤੇ ਖਰਚਾ ਹੁੰਦਾ ਸੀ। ਅਸੀਂ ਉਹਨੂੰ ਘਟਾ ਕੇ 750 ਲੈ ਕੇ ਆਏ ਪਹਿਲਾਂ, ਫਿਰ 600 ਰੁਪਏ ਲਿਆਂਦਾ, ਹੁਣ ਜਿਹੜਾ ਸਾਡਾ 250 ਰੁਪਏ 'ਚ ਅਸੀਂ ਜਿਹੜਾ ਇਹਦਾ ਡਾਇਲਸਿਸ ਹੈ ਗਰੀਬ ਬੰਦੇ ਦਾ ਉਹ ਅਸੀਂ ਕਰ ਰਹੇ ਹਾਂ। ਚੰਡੀਗੜ੍ਹ ਸਾਡੇ 10 ਯੂਨਿਟ ਲੱਗੇ ਹੋਏ ਨੇ, ਸੋ ਉੱਥੇ ਵੀ 250 ਰੁਪਏ ਸਾਰਾ ਹੋ ਰਿਹਾ। ਇੱਕ ਜਿਹੜੇ ਅਸੀਂ ਹੁਣ ਨਵੀਆਂ 'ਚ ਚੇਂਜਸ ਕੀਤੀ ਹੈ ਇਹਨੂੰ ਰੇਟ ਨੂੰ ਘਟਾਉਣ ਲਈ, ਕਿ ਹਰ ਸਾਲ ਦੇ 50,000 ਜਿਹੜੀ ਡਿਲਾਈਜ਼ਰ ਕਿੱਟ ਹੈ ਉਹ ਅਸੀਂ ਟਰੱਸਟ ਵੱਲੋਂ ਫ੍ਰੀ ਦੇ ਰਹੇ ਹਾਂ। ਉਹਦੇ ਵਿੱਚ ਕੁਛ ਨਹੀਂ ਹੈ, ਜਿਹੜਾ ਵੀ ਕੋਈ ਪੇਸ਼ੈਂਟ ਹੈ ਜਿਹਨੂੰ ਜਿਹੜਾ ਡਾਇਲਸਿਸ ਕਰਾ ਰਿਹਾ ਉਹਨੂੰ ਤਕਰੀਬਨ 3-4 ਡਾਇਲਸਿਸ ਕਰਾਉਣ ਤੋਂ ਬਾਅਦ ਕਿੱਟ ਚੇਂਜ ਕਰਨੀ ਪੈਂਦੀ ਹੈ। ਸੋ ਉਹ ਕਿੱਟ 1100 ਰੁਪਏ ਦੀ ਆਉਂਦੀ, 1100 ਦੀ। ਡਿਸਟ੍ਰਿਕਟ ਵਾਈਜ਼ ਸਾਡੇ ਕੋਈ ਵੀ ਪੇਸ਼ੈਂਟ ਸਾਡੇ ਪ੍ਰੈਜੀਡੈਂਟ ਕੋਲ ਜਾਏਗਾ, ਇਹਦੇ ਲਈ ਕੋਈ ਅਪਰੂਵਲ ਨਹੀਂ ਚਾਹੀਦੀ। ਪ੍ਰੈਜੀਡੈਂਟ ਕੋਲ ਸਾਰੀਆਂ ਅਥਾਰਟੀਜ਼ ਹੈਗੀਆਂ ਨੇ, ਉਹ ਸਿਰਫ ਫਾਰਮ ਇੱਕ ਭਰਨਾ, ਫਾਰਮ ਭਰਨ ਤੋਂ ਬਾਅਦ ਉੱਥੋਂ ਕਿੱਟ ਲੈ ਜਾਵੇ। ਟੋਟਲੀ ਫ੍ਰੀ ਕਿੱਟ ਹੈ ਸਾਰੀ। ਸੋ ਇਹਦੇ ਨਾਲ ਇਲਾਜ ਹੋਰ ਕਾਫੀ ਰਾਹਤ ਮਿਲੀ ਹੈ ਇਹੋ ਜਿਹੇ ਪੇਸ਼ੈਂਟ ਨੂੰ, ਜਿਹੜਾ 700 ਰੁਪਏ ਵੀ ਨਹੀਂ ਖਰਚ ਸਕਦਾ ਸੀਗਾ, 600 ਨਹੀਂ ਖਰਚ ਸਕਦਾ, ਉਹਨੂੰ ਹੁਣ 250 ਰੁਪਏ 'ਚ 250 ਕੋਈ ਵੀ ਬੰਦਾ ਖਰਚ ਸਕਦਾ। ਸੋ 250 ਰੁਪਏ ਕੋਸਟ ਟੂ ਕੋਸਟ ਵੀ ਨਹੀਂ ਹੈਗੀ, ਬਾਕੀ ਜਿਹੜੇ ਪੈਸੇ ਪੈ ਰਹੇ ਨੇ ਉਹ ਸਾਰਾ ਟਰੱਸਟ ਆਪਣੇ ਵੱਲੋਂ ਪਾ ਰਿਹਾ। ਸੋ ਇਸੇ ਤਰ੍ਹਾਂ ਸਾਡੀਆਂ ਸਕੀਮਾਂ ਹੋਰ ਵੀ ਕਾਫੀ ਸਕੀਮਾਂ ਨੇ, ਲੇਕਿਨ ਇਹ ਜਿਹੜੀਆਂ ਮੇਨ ਸਕੀਮਾਂ ਜਿਹੜੀਆਂ ਅੱਜ ਨੇ, ਅੱਜ ਜਿਹੜਾ ਇੱਥੇ ਸਾਡਾ ਕੈਂਪ ਹੈਗਾ ਉਹ 347ਵਾਂ ਕੈਂਪ ਜਿਹੜਾ ਉਹ ਲੱਗਿਆ, ਉਹਦੇ ਵਿੱਚ ਸਾਡੇ ਮਾਨਯੋਗ ਗਿੱਲ ਸਾਹਿਬ, ਸਰਾਂ ਸਾਹਿਬ ਨੇ ਇਹਨਾਂ ਦਾ ਅੱਜ ਇਸ ਕੈਂਪ ਦਾ ਉਦਘਾਟਨ ਕੀਤਾ। ਅਤੇ ਪਬਲਿਕ ਜਿਹੜੀ ਤੁਸੀਂ ਦੇਖ ਰਹੇ ਹੋ, ਤਕਰੀਬਨ 287 ਦੇ ਕਰੀਬ ਜਿਹੜੇ ਪੇਸ਼ੈਂਟ ਹੁਣ ਤੱਕ ਆ ਚੁੱਕੇ ਨੇ, ਔਰ ਮੈਨੂੰ ਉਮੀਦ ਹੈ ਕਿ ਤਕਰੀਬਨ 500 ਨੂੰ ਟੱਚ ਕਰ ਜਾਏਗਾ ਇਹ ਜਿਹੜਾ ਸਾਡਾ ਕੈਂਪ ਹੈਗਾ। ਇਹ 'ਚੋਂ ਜਿੰਨੇ ਓਪਰੇਸ਼ਨ ਨਿਕਲਣਗੇ ਉਹਨਾਂ ਨੂੰ ਹੋਸਪਿਟਲ ਲਿਜਾ ਕੇ ਪਟਿਆਲਾ ਹੋਸਪਿਟਲ ਲੈ ਕੇ ਜਾਣਗੇ, ਕੱਕੜ ਹੋਸਪਿਟਲ ਵਿੱਚ, ਉੱਥੇ ਇਹਨਾਂ ਦੇ ਓਪਰੇਸ਼ਨ ਕਰਕੇ ਅਤੇ ਇਹਨੂੰ ਵਧੀਆ ਕੁਆਲਿਟੀ ਦੇ ਜਿਹੜੇ ਆ ਉਹ ਲੈਂਸ ਪਾ ਕੇ ਦਿੱਤੇ ਜਾਣਗੇ, ਜਿਹੜੇ ਟੋਟਲੀ ਫ੍ਰੀ ਹੈ। ਨਹੀਂ, ਐਸੀ ਗੱਲ ਨਹੀਂ ਹੈ ਕੋਈ ਵੀ। ਦੇਖੋ, ਜਿਹੜੇ ਮੈਂ ਕੇਸ ਲੜੇ ਸਾਰੇ ਹੁਣ ਤੱਕ ਉਹ ਸੀ ਸਾਰੇ ਫਾਂਸੀ ਵਾਲੇ ਕੇਸ, ਕਿ ਜਿਹਨਾਂ ਦੇ ਕੋਈ ਮਰਡਰ ਕੇਸ ਵਿੱਚ ਸੀ, ਗਰੁੱਪ ਫਾਈਟਿੰਗ ਹੋਈ ਸੀਗੀ, ਉਹ 'ਚ ਟੋਟਲ 127 ਬੱਚੇ ਨੇ ਜਿਨ੍ਹਾਂ ਨੂੰ ਫਾਂਸੀ ਸਜ਼ਾ ਹੋਈ ਹੋਈ ਹੈ, ਔਰ 94 ਬੱਚੇ ਜਿਹੜੇ ਉਹ ਜਿਨ੍ਹਾਂ ਨੂੰ ਮੈਂ ਬਲੱਡ ਮਨੀ ਜਿਹਨੂੰ ਕਹਿੰਦੇ ਦੀਆ ਮਨੀ ਉਹ ਪੇ ਕਰਨ ਤੋਂ ਬਾਅਦ ਉਹਨਾਂ ਨੇ ਫਾਂਸੀਆਂ ਮਾਫ਼ ਕਰਾ ਚੁੱਕਾ, ਜਿਹੜੀਆਂ ਕਿ 94 ਬੱਚੇ ਆਪਣੇ ਘਰੋਂ ਪਹੁੰਚ ਚੁੱਕੇ ਨੇ। ਬਾਕੀ ਜਿਹੜੇ ਕੇਸ ਮੈਂ ਲੜ ਰਿਹਾ, 14 ਬੱਚਿਆਂ ਦੀ ਮੈਨੂੰ ਉਮੀਦ ਹੈ ਕਿ ਅਗਲੇ 2 ਮਹੀਨਿਆਂ 'ਚ 14 ਬੱਚੇ ਹੋਰ ਆ ਜਾਣਗੇ। ਸੋ ਇਹੋ ਜਿਹੇ ਕੇਸ ਨਵੇਂ ਕੋਈ ਨਹੀਂ ਆ ਰਹੇ, ਪੁਰਾਣੇ ਜਿਹੜੇ ਨਾ ਅੱਜ ਤੋਂ 7-8 ਸਾਲ 10 ਸਾਲ ਪਹਿਲੇ ਦੇ ਕੇਸ ਸੀਗੇ, ਜਿਹੜੇ ਉਹੀ ਕੇਸ ਸਾਰੇ ਸੋਲਵ ਕੀਤੇ ਆ। ਜਿਹੜੇ ਛੋਟੇ ਮੋਟੇ ਕੇਸ ਚੱਲਦੇ ਰਹਿੰਦੇ ਨੇ, ਜ਼ਰੂਰ ਇਹ ਜ਼ਰੂਰ ਹੈ ਕਿ ਉੱਥੇ ਜਿਹੜਾ ਟਰੱਸਟ ਵੱਲੋਂ 3-4 ਕੰਮ ਉੱਥੇ ਮੇਨ ਕੀਤੇ ਗਏ ਨੇ। ਇੱਕ ਤਾਂ ਪਹਿਲਾਂ ਫਾਂਸੀਆਂ ਮਾਫ਼ ਹੋਈਆਂ, ਉਸ ਤੋਂ ਬਾਅਦ ਕੋਈ 700-800 ਬੱਚਾ ਉਹ ਸੀ ਜਿਹੜਾ ਕਿ ਸਜ਼ਾ ਪੂਰੀ ਕਰ ਚੁੱਕਾ ਸੀ, ਲੇਕਿਨ ਕਿਸੇ ਨੂੰ 3 ਮਹੀਨੇ ਸਜ਼ਾ ਸੀ, ਕਿਸੇ ਨੂੰ 6 ਮਹੀਨੇ ਸਜ਼ਾ ਸੀ, 3-3 ਸਾਲ ਤੋਂ ਅੰਦਰ ਬੈਠੇ ਹੋਏ ਸੀ। ਉਹਨਾਂ ਸਾਰਿਆਂ ਬੱਚਿਆਂ ਨੂੰ ਅਸੀਂ ਅੰਬੈਸੀ ਨਾਲ ਮਿਲ ਕੇ ਉਹਨਾਂ ਦੇ ਪਾਸਪੋਰਟ ਬਣਾਏ, ਟਿਕਟਾਂ ਸਾਰੀਆਂ ਮੈਂ ਆਪਣੇ ਕੋਲੋਂ ਦਿੱਤੀਆਂ, ਔਰ ਉਹ ਸਾਰੇ ਬੱਚੇ 2.5-3 ਸਾਲ ਵਿੱਚ ਜਿਹੜੇ ਆਪਾਂ ਇੰਡੀਆ 'ਚ ਵਾਪਸ ਲਿਆਂਦੇ। ਕੁਛ ਸਾਡੇ ਕੋਲ ਲਵਾਰਸ ਡੈਡ ਬੋਡੀਆਂ ਸੀਗੀਆਂ ਉੱਥੇ, ਜਿਨ੍ਹਾਂ ਦਾ ਕੋਈ ਵਾਲੀ ਵਾਰਸ ਨਹੀਂ ਸੀ, ਸੋ ਉਹ ਅਸੀਂ ਇਕੱਠੀਆਂ ਕੀਤੀਆਂ। ਉਹ ਤੋਂ ਬਾਅਦ ਹੁਣ ਤੱਕ ਤਕਰੀਬਨ 87 ਦੇ ਕਰੀਬ ਡੈੱਡ ਬੋਡੀਆਂ ਨੇ ਜਿਹੜੀਆਂ, ਕੋਈ ਐਕਸੀਡੈਂਟਲ ਡੈੱਥ ਹੋ ਗਈ, ਕੋਈ ਮੈਡੀਕਲ ਕਾਰਨ ਡੈੱਥ ਹੋ ਗਈ, ਹਾਰਟ ਅਟੈਕ ਹੋ ਗਿਆ, ਔਰ ਪਿੱਛੋਂ ਬੜੇ ਪੂਅਰ ਨੇ ਪੇਸ਼ੈਂਟ, ਇੱਕ ਡੈੱਡ ਬੋਡੀ ਲੈਣ ਲਈ 1.25 ਲੱਖ ਦਾ ਖਰਚਾ ਹੁੰਦਾ, ਸੋ ਨਹੀਂ ਸੀ ਖਰਚ ਸਕਦੇ। ਸਾਡਾ ਫਿਰ ਟਰੱਸਟ ਵੱਲੋਂ ਅਸੀਂ ਕਦਮ ਚੁੱਕਿਆ ਕਿ ਉਹਨਾਂ ਡੈੱਡ ਬੋਡੀਆਂ ਨੂੰ ਨਾਲ ਲਿਜਾ ਕੇ ਉਹਨਾਂ ਦੇ ਪਿੰਡ 'ਚ ਜਾਈਦਾ, ਉਹਨਾਂ ਦੇ ਪਿੰਡ ਜਾ ਕੇ ਸਾਡੇ ਮੈਂਬਰ ਨਾਲ ਜਾਂਦੇ ਨੇ, ਡਿਸਟ੍ਰਿਕਟ ਵਾਈਜ਼ ਜਿਹੜੇ ਹੈਗੇ ਨੇ, ਫਿਰ ਸੰਸਕਾਰ ਕੀਤਾ ਜਾਂਦਾ। ਇੱਥੇ ਬਸ ਨਹੀਂ ਹੁੰਦਾ, ਫਿਰ ਸੰਸਕਾਰ ਕਰਨ ਤੋਂ ਬਾਅਦ ਅਸੀਂ ਫੈਮਲੀ ਦੀ ਦੇਖਦੇ ਹਾਂ ਬੈਕਗ੍ਰਾਉਂਡ ਕੀ ਹੈ। ਅਗਰ ਕੋਈ ਬੱਚੇ ਵਿਆਹ ਵਾਲੇ ਹੈ ਤਾਂ ਅਸੀਂ ਉਹਨਾਂ ਦਾ ਵਿਆਹ ਜਿਹੜਾ ਬਿਲਕੁਲ ਫ੍ਰੀ ਕਰਕੇ ਦਿੰਦੇ ਹਾਂ, ਸਾਰਾ ਅਸੀਂ ਖਰਚਾ ਅਸੀਂ ਕਰਦੇ ਹਾਂ। ਜੇ ਕੋਈ ਬੱਚੇ ਪੜ੍ਹਨ ਵਾਲੇ ਹਨ ਤਾਂ ਉਹਨਾਂ ਨੂੰ ਅਸੀਂ ਅਡੋਪਟ ਕਰ ਲੈਂਦੇ ਹਾਂ। ਹੁਣ ਜਿਹੜਾ ਇੱਕ ਨਵਾਂ ਜਿਹੜਾ ਕੰਮ ਸ਼ੁਰੂ ਹੋਇਆ, ਇਸ ਲਈ ਤੁਸੀਂ ਸ਼ਾਇਦ ਪਿੱਛੇ ਪੇਪਰਾਂ 'ਚ ਪੜ੍ਹਿਆ ਹੋਏਗਾ ਕਿ ਪੰਜਾਬ ਦੀਆਂ ਤਕਰੀਬਨ ਕੋਈ 103 ਦੇ ਕਰੀਬ ਲੜਕੀਆਂ ਨੇ ਜਿਹਨਾਂ ਨੂੰ ਵੇਚਿਆ ਗਿਆ ਹੈ ਮਸਕਟ ਵਿੱਚ, ਔਰ ਇਹ ਸਾਰੇ ਏਜੰਟਾਂ ਦੇ ਚੱਕਰ ਨੇ ਜਿਹੜੇ ਕਿ ਇੱਥੋਂ ਪੈਸਾ ਲੈ ਕੇ ਬੱਚਿਆਂ ਨੂੰ ਲੈ ਕੇ ਜਾਂਦੇ ਨੇ, ਕੋਈ ਵੀ ਤੁਹਾਨੂੰ ਸਟੀਚਿੰਗ ਦੀ ਕੋਰਸ ਟੀਚਰ ਲਵਾ ਦਾਂਗੇ, ਤੁਹਾਨੂੰ ਨਰਸ ਲਵਾ ਦਾਂਗੇ, ਉੱਥੇ ਜਾ ਕੇ ਇਹਨਾਂ ਲੜਕੀਆਂ ਨੂੰ ਇਲੀਗਲ ਕਰ ਦਿੱਤਾ ਜਾਂਦਾ ਹੈ। ਦੂਸਰੀ ਕੰਟਰੀ ਜਾ ਕੇ ਮਸਕਟ ਵਿੱਚ ਜਾ ਕੇ ਇਹਨਾਂ ਨੂੰ ਜ਼ਿਮੀਂਦਾਰਾਂ ਕੋਲ ਵੇਚ ਦਿੱਤਾ ਜਾਂਦਾ ਹੈ।
ਦੋ ਢਾਈ ਢਾਈ ਲੱਖ ਦੇ ਵਿੱਚ ਲੜਕੀ ਵਿਕੀ ਜਾਂਦੀ ਹੈ। ਮੇਰੇ ਕੋਲ ਲਿਸਟ ਹੈਗੀ ਇੱਕ ਸੀ 103 ਬੱਚਿਆਂ ਦੀ, ਜਿਹਨਾਂ ਵਿੱਚੋਂ ਮੈਂ ਪਹਿਲਾਂ ਚਾਰ ਬੱਚੀਆਂ ਜਿਹੜੀਆਂ ਹੁਸ਼ਿਆਰਪੁਰ ਦੀ ਸੀ, ਇੱਕ ਲੁਧਿਆਣੇ ਦੀ ਹੈ ਅਤੇ ਤੁਹਾਡੇ ਪੱਟੀ ਸਾਈਡ ਦੀ, ਇਹ ਮੈਂ ਬੱਚੀਆਂ ਚਾਰਾਂ ਨੂੰ ਲਾਇਆ ਸੀਗਾ। ਸੱਤ ਲੜਕੀਆਂ ਦਾ ਹੁਣ ਜਿਹੜਾ ਕੇਸ ਮੈਂ ਲੜ ਗਿਆ ਸੀ ਉਹ ਵੀ ਅਸੀਂ ਜਿੱਤ ਚੁੱਕੇ ਹਾਂ ਤਕਰੀਬਨ, ਉਹਨਾਂ ਦੀਆਂ ਫੇਸਿਸ ਭਰ ਕੇ ਅਸੀਂ ਸੱਤ ਬੱਚੀਆਂ ਜਿਹੜੀਆਂ ਅਗਲੇ ਹਫ਼ਤੇ ਮੈਂ ਉਹ ਲੈ ਕੇ ਆਵਾਂਗਾ। ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਤਿੰਨਾਂ ਚਾਰਾਂ ਮਹੀਨਿਆਂ ਵਿੱਚ ਇਹ ਜਿਹੜਾ ਮੁਹਿੰਮ ਸ਼ੁਰੂ ਕੀਤੀ ਅਸੀਂ 103 ਦੀਆਂ ਤਿੰਨ ਲੜਕੀਆਂ ਜਿਹੜੀਆਂ ਇੰਡੀਆ ਦੀਆਂ ਨੇ, ਉਹ 'ਚ ਸਾਡੀਆਂ ਇੱਧਰ ਦੀਆਂ ਨੇ, ਆਪਣੇ ਸਾਊਥ ਦੀਆਂ ਹੈਗੀਆਂ ਨੇ, ਹੈਦਰਾਬਾਦ ਦੀਆਂ ਲੜਕੀਆਂ ਹੈਗੀਆਂ ਨੇ, ਸੋ ਦੇਹਰਾਦੂਨ ਦੀਆਂ ਲੜਕੀਆਂ, ਸੋ ਉਹ ਅਸੀਂ ਆਉਣ ਵਾਲੇ ਤਿੰਨਾਂ ਚਾਰਾਂ ਮਹੀਨਿਆਂ 'ਚ ਮੈਨੂੰ ਉਮੀਦ ਹੈ ਕਿ ਅਸੀਂ ਸਾਰੀਆਂ ਲੜਕੀਆਂ ਨੂੰ ਛੁਡਾ ਕੇ ਉੱਥੋਂ ਦੀ ਅਤੇ ਅਸੀਂ ਪੰਜਾਬ ਜਾਵਾਂਗੇ। ਜਿੱਥੇ ਅਸੀਂ ਕੈਂਪ ਲਗਾ ਰਹੇ ਹਾਂ ਉਹਦੇ ਨਾਲ ਦੇ ਨਾਲ ਇਸ ਕਾਲਜ ਵਿੱਚ, ਜਿਸ ਤਰ੍ਹਾਂ ਕਿ ਕਹਿ ਸਕਦਾ ਕਿ ਪੰਜਾਬ ਦੇ ਵਿੱਚ ਹੀ ਕੋਈ 7000 ਦੇ ਕਰੀਬ ਬੱਚਾ ਜਿਹੜਾ ਹਾਇਰ ਸਟੱਡੀ ਦਾ ਉਹ ਅਸੀਂ ਅਡੋਪਟ ਕੀਤਾ ਹੋਇਆ, ਜਿਹੜੇ ਕਿ ਪਿੰਡਾਂ ਦੇ ਬੱਚੀਆਂ ਸਾਡੀਆਂ ਬੱਚੇ ਨੇ ਜਿਹੜੇ ਕਿ ਫੀਸਾਂ ਨਹੀਂ ਦੇ ਸਕਦੇ, ਸੋ ਉਹਨਾਂ ਦੀ ਜਿਹੜੀ ਹੈ ਫੀਸਿਸ ਵਗੈਰਾ ਸਾਰੀਆਂ ਦਿੱਤੀਆਂ ਜਾਂਦੀਆਂ ਨੇ। ਸੋ ਇੱਥੇ ਵੀ ਇਸ ਕਾਲਜ ਵਿੱਚ ਵੀ ਅਸੀਂ ਸ਼ੁਰੂ ਕੀਤਾ ਸੀ, ਅੱਜ ਵੀ ਜਿਹੜੇ ਤਕਰੀਬਨ ਸਾਡੇ 46 ਬੱਚੇ ਅਸੀਂ ਇੱਥੋਂ ਦੇ ਅਡੋਪਟ ਕੀਤੇ ਹੋਏ ਨੇ, ਜਿਨ੍ਹਾਂ ਦੀਆਂ ਜਿਹੜੀਆਂ ਫੀਸਿਸ ਨੇ ਜਿਹੜੀਆਂ ਉਹ ਟਰੱਸਟ ਵੱਲੋਂ ਦਿੱਤੀਆਂ ਜਾ ਰਹੀਆਂ ਨੇ। ਔਰ ਇਹਨਾਂ ਵਿੱਚੋਂ 10 ਬੱਚੇ ਜਿਹੜੇ ਆ ਉਹ ਪਿੰਟੂ ਬਾਟ ਜਿਸ ਨੂੰ ਦੱਸਿਆ ਮੈਂ, ਸੋ ਉਹਨਾਂ ਨੇ 10 ਬੱਚੇ ਉਹਨਾਂ ਨੇ ਅਡੋਪਟ ਕੀਤੇ ਹੋਏ ਨੇ। ਸੋ ਹਰ ਸਾਲ ਉਹਨਾਂ 10 ਬੱਚਿਆਂ ਦੀ ਜਿਹੜੀ ਫੀਸਿਸ ਹੈਗੀਆਂ ਉਹ ਪਿੰਟੂ ਬਾਟ ਨੂੰ ਦਿੱਤੀਆਂ ਜਾਂਦੀਆਂ ਨੇ। ਅੱਜ ਦਾ ਇਹ ਜੋ ਕੈਂਪ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਵਿਖੇ ਸਰਬੱਤ ਦੇ ਭਲੇ ਅਤੇ ਜਿਹੜੇ ਕਰਤਾ ਧਰਤਾ ਹਨ ਸ਼੍ਰੀ ਐੱਸ ਪੀ ਐੱਸ ਓਬਰਾਏ ਉਹਨਾਂ ਦੀ ਸਰਪ੍ਰਸਤੀ ਹੇਠ ਔਰ ਮਾਤਾ ਗੁਜਰੀ ਕਾਲਜ ਦੇ ਸਾਬਕਾ ਵਿਦਿਆਰਥੀਆਂ ਦੀ, ਮੌਜੂਦਾ ਵਿਦਿਆਰਥੀਆਂ ਦੀ, ਪ੍ਰਿੰਸੀਪਲ ਮਾਤਾ ਗੁਜਰੀ ਕਾਲਜ ਅਤੇ ਸਟਾਫ ਉਹਨਾਂ ਦੇ ਸਾਰਿਆਂ ਦੇ ਸਹਿਯੋਗ ਨਾਲ ਇੱਥੇ ਮੈਡੀਕਲ ਕੈਂਪ ਜਿਹੜਾ ਲਗਾਇਆ ਗਿਆ। ਔਰ ਇਹ ਕੈਂਪ ਹਰ ਸਾਲ ਇੱਥੇ ਲੱਗਦਾ ਹੈ, ਖਾਸ ਤੌਰ 'ਤੇ ਅੱਖਾਂ ਦੇ ਜਿਹੜੇ ਮਰੀਜ਼ ਨੇ ਉਹਨਾਂ ਦੇ ਇਲਾਜ ਕਰਨ ਲਈ ਉਹਨਾਂ ਦੇ ਅੱਖਾਂ ਦਾ ਚੈੱਕਅਪ ਕਰਕੇ ਉਹਨਾਂ ਨੂੰ ਐਨਕਾਂ ਵੀ ਦਿੱਤੀਆਂ ਜਾਂਦੀਆਂ ਨੇ, ਔਰ ਜਿਹੜੇ ਲੋੜਕੂ ਨੇ ਡਾਕਟਰ ਸਾਹਿਬਾਨ ਉਹਨਾਂ ਨੂੰ ਚੈੱਕਅਪ ਕਰਕੇ ਉਹਨਾਂ ਨੂੰ ਇੱਥੋਂ ਰੈਫਰ ਕਰਦੇ ਨੇ। ਪਟਿਆਲੇ ਸਰਬੱਤ ਦੇ ਭਲੇ ਵੱਲੋਂ ਜਿਹੜਾ ਟਰੱਸਟ ਦੇ ਅਧੀਨ ਹੋਸਪਿਟਲ ਚੱਲਦਾ, ਉੱਥੇ ਸਭ ਦੇ ਫਰੀ ਅੱਖਾਂ ਦੇ ਓਪਰੇਸ਼ਨ ਹੁੰਦੇ ਨੇ ਔਰ ਸਭ ਨੂੰ ਲੈਂਸ ਦਿੱਤੇ ਜਾਂਦੇ ਨੇ ਔਰ ਬਾਕੀ ਦਾ ਉਹਨਾਂ ਦਾ ਫੋਲੋ ਅਪ ਐਕਸ਼ਨ ਵੀ ਟਰੱਸਟ ਦੇ ਥਰੂ ਹੁੰਦਾ। ਔਰ ਅੱਜ ਇੱਥੇ ਜਿੰਨੇ ਵੀ ਮਰੀਜ਼ ਆਏ ਨੇ ਉਹਨਾਂ ਦਾ ਬਾਕਾਇਦਾ ਚੈੱਕਅਪ ਹੋ ਰਿਹਾ, ਦਵਾਈਆਂ ਦਿੱਤੀਆਂ ਜਾ ਰਹੀਆਂ ਨੇ। ਮੈਂ ਇਸ ਲਈ ਮਾਤਾ ਗੁਜਰੀ ਕਾਲਜ ਦੇ ਵਿਦਿਆਰਥੀਆਂ ਨੂੰ ਔਰ NRI ਭਰਾਵਾਂ ਨੂੰ ਸਾਰਿਆਂ ਨੂੰ, ਜਿਹੜਾ ਦਿਆਵੀਰ ਸਿੰਘ ਪਿੰਟੂ ਉਹਦੇ ਉਦਮ ਨਾਲ ਇਹ ਕੈਂਪ ਲਗਾਇਆ ਗਿਆ, ਫਾਈਨੈਂਸ਼ੀਅਲ ਮਦਦ ਉਹਨਾਂ ਵੱਲੋਂ ਕੀਤੀ ਗਈ ਹੈ, ਮਾਤਾ ਗੁਜਰੀ ਕਾਲਜ ਦਾ ਸਹਿਯੋਗ ਹੈ। ਮੈਂ ਸਭ ਦਾ ਤਹਿ ਦਿਲੋਂ ਬਤੌਰ ਐਲੂਮਨੀ ਐਸੋਸੀਏਸ਼ਨ ਪ੍ਰੈਜ਼ੀਡੈਂਟ ਇਹਨਾਂ ਦਾ ਧੰਨਵਾਦ ਕਰਦਾ। ਅਸੀਂ ਅੱਜ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਦੇ ਵਿੱਚ ਮੈਡੀਕਲ ਕੈਂਪ ਲਾਇਆ, ਜਿਹਦੇ ਵਿੱਚ ਅੱਖਾਂ ਦਾ ਕੈਂਪ ਅਤੇ ਬਾਕੀ ਜਨਰਲ ਬੋਡੀ ਦਾ, ਬੱਚਿਆਂ ਦਾ, ਹੱਡੀਆਂ ਦਾ। ਅਤੇ ਅਸੀਂ ਹਰੇਕ ਸਾਲ ਲਾਉਂਦੇ ਹਾਂ, ਪਹਿਲਾਂ ਬਾਹਰ ਲਾਉਂਦੇ ਸੀ, ਫਿਰ ਇਹਨਾਂ ਨੇ ਪ੍ਰਿੰਸੀਪਲ ਸਾਹਿਬ ਦੇ ਕਹਿੰਦੇ ਅਸੀਂ ਇਹ ਕਾਲਜ ਦੇ ਵਿੱਚ ਐਤਕੀ ਕਰਾਇਆ। ਅਤੇ ਅਸੀਂ ਸਰਬੱਤ ਦੇ ਭਲੇ ਦੇ ਨਾਲ ਮੈਂ ਜੁੜਿਆ ਹੋਇਆ, ਮੈਂ ਸਿਆਟਲ ਤੋਂ ਹਾਂ, USA ਤੋਂ। ਅਤੇ ਅਸੀਂ ਹਰੇਕ ਸਾਲ, ਮੈਂ ਇਹ ਇਹਨਾਂ ਨਾਲ ਪ੍ਰੋਮਿਸ ਕੀਤਾ ਪ੍ਰਿੰਸੀਪਲ ਸਾਹਿਬ ਨਾਲ ਵੀ, ਅਸੀਂ ਹਰੇਕ ਸਾਲ ਇਹ ਕੈਂਪ ਲਾਇਆ, ਮੈਂ ਲਾਇਆ ਕਰੂੰਗਾ। ਅਤੇ ਬਾਕੀ ਅਸੀਂ ਸਰਬੱਤ ਦੇ ਭਲੇ ਦੇ ਥਰੂ ਜਿਹੜੇ ਬੱਚੇ ਆ, ਨੀਡੀ ਬੱਚੇ ਆ, ਉਹਨਾਂ ਦੇ ਕੋਈ 46 ਬੱਚਿਆਂ ਦੇ ਜਿਹੜੀ ਕੋਈ 470,000 ਅਮਾਊਂਟ ਬਣਿਆ, ਉਹ ਇਹਨਾਂ ਨੂੰ ਫੀਸ ਦਿੱਤੀ ਹੈਗੀ ਆ, ਜਿਹਦੇ ਵਿੱਚ 10 ਬੱਚਿਆਂ ਦੀ ਮੈਂ ਦਿੱਤੀ, ਬਾਕੀ 30 ਬੱਚਿਆਂ ਦੀ ਇਹਨਾਂ ਨੇ SR ਐੱਸ ਪੀ ਸਿੰਘ ਓਬਰਾਏ ਨੇ ਦਿੱਤੀ ਹੈਗੀ, ਬਾਕੀ ਮੈਂ ਸਰਦਾਰ ਓਬਰਾਏ ਦਾ ਅਤੇ ਸਰਦਾਰ ਪਰਮਜੀਤ ਸਿੰਘ ਗਿੱਲ ਐਕਸ DGP ਅਤੇ ਸਰਦਾਰ ਪਰਮਜੀਤ ਸਿੰਘ ਸਰਾਓ ਜਿਹੜੇ IG ਰਿਟਾਇਰ
ਉਹਨਾਂ ਦੋਨਾਂ ਤਿੰਨਾਂ ਜਣਿਆਂ ਦਾ ਧੰਨਵਾਦ ਕਰਦਾ, ਜੱਸਾ ਸਿੰਘ ਉਹਨਾਂ ਦਾ ਜਿਨ੍ਹਾਂ ਨੇ ਬੜਾ ਸਾਥ ਦਿੱਤਾ ਅਤੇ ਸਾਰਾ ਔਰਗਨਾਈਜ਼ ਕਰਨ ਵਿੱਚ ਸਾਰੀ ਡਿਊਟੀ ਉਹਨਾਂ ਨੇ ਸੰਭਾਲੀ ਹੈਗੀ ਹੈ। ਅਤੇ ਮੈਂ ਸਾਰਿਆਂ ਦਾ, ਆਉਣ ਵਾਲਿਆਂ ਦਾ, ਮੇਰੇ ਬਾਕੀ ਜਿੰਨੇ ਵੀ ਮੇਰੇ ਵਾਲੰਟੀਅਰ ਇੱਥੇ ਸਾਡੀ ਲੋਕਲ ਟੀਮ ਆ, ਸਰਬੱਤ ਦੇ ਭਲੇ ਦੀ ਐੱਮ ਜੀ ਸੀ ਗਰੁੱਪ, ਐਕਸ ਸਟੂਡੈਂਟ ਜਿਹੜਾ ਹੈਗਾ, ਉਹਨਾਂ ਨੇ ਬਹੁਤ ਸਪੋਰਟ ਕੀਤੀ ਹੈ। ਅਤੇ ਬਾਕੀ ਮੇਰੇ ਨਾਲ ਸਿੱਖੋਂ ਸਾਹਿਬ ਅਮੈਰੀਕਾ ਤੋਂ, ਚੀਮਾ ਸਾਹਿਬ ਇੱਥੋਂ, ਅਤੇ ਪੁਸ਼ਪਾ ਸਿੰਘ ਹੁਣੀ, ਇਹਨਾਂ ਸਾਰੇ ਨੌਜਵਾਨਾਂ ਨੇ ਬੜੀ ਹੈਲਪ ਕੀਤੀ। ਮੈਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ। ਅਤੇ ਮੈਂ ਇਹ ਜ਼ਰੂਰ ਕਹੂੰਗਾ ਅਗਲੇ ਸਾਲ ਜਦੋਂ ਜਨਵਰੀ ਦੇ ਮਹੀਨੇ ਕੈਂਪ ਲਾਵਾਂਗੇ ਤਾਂ ਅੱਗੇ ਨੂੰ ਜ਼ਰੂਰ ਇਹ ਵੱਧ ਤੋਂ ਵੱਧ ਸਾਡੇ ਜਿਹੜੇ ਵਾਲੰਟੀਅਰ ਹੈਗੇ ਉਹ ਹੈਲਪ ਕਰਨ, ਅਤੇ ਨਾਲੇ ਪੇਸ਼ੈਂਟਸ ਨੂੰ ਲੈ ਕੇ ਆਉਣ। ਬਾਕੀ ਇੱਥੇ ਦੇ ਕਾਲਜ ਦੇ ਦੋ ਸਾਡੇ ਪ੍ਰੋਫੈਸਰ ਸਾਹਿਬਾਨ ਸਰਾਵ ਸਾਹਿਬ ਅਤੇ ਜਪਿੰਦਰ ਸਿੰਘ, ਇਹਨਾਂ ਨੇ ਬਹੁਤ ਕਾਲਜ ਦੇ ਵੱਲੋਂ ਇਹਨਾਂ ਨੇ ਬੜੀ ਹੈਲਪ ਕੀਤੀ ਆ, ਅਤੇ ਪ੍ਰਿੰਸੀਪਲ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਵਿੱਚ ਸਰਬੱਤ ਦਾ ਭਲਾ ਟਰੱਸਟ ਦੇ ਚੇਅਰਮੈਨ ਸਰਦਾਰ ਐਸ ਪੀ ਸਿੰਘ ਜੀ ਬਣਾਏ ਕਾਲਜ ਵਿੱਚ ਵਿਸ਼ੇਸ਼ ਤੌਰ 'ਤੇ ਪਹੁੰਚੇ। ਉਹਨਾਂ ਨੇ ਜਿੱਥੇ ਇੱਥੇ ਪਰ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਨੂੰ ਲਗਾਏ ਗਏ ਆਈ ਚੈੱਕਅਪ ਕੈਂਪ ਅਤੇ ਮੈਡੀਕਲ ਜਨਰਲ ਮੈਡੀਕਲ ਚੈੱਕਅਪ ਕੈਂਪ ਦਾ ਉਦਘਾਟਨ ਕੀਤਾ, ਉੱਥੇ ਨਾਲ ਹੀ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਦੇ ਲੋੜਵੰਦ ਅਤੇ ਹੁਸ਼ਿਆਰ ਵਿਦਿਆਰਥੀਆਂ ਨੂੰ ਲਗਭਗ 4.5 ਲੱਖ ਰੁਪਏ ਦਾ ਜਿਹੜਾ ਹੈਗਾ ਉਹ ਚੈੱਕ ਵੀ ਦੇ ਕੇ ਗਏ, ਜਿਹਦੇ ਵਿੱਚ ਉਹਨਾਂ ਵਿਦਿਆਰਥੀਆਂ ਦੀ ਜਿਹੜੀ ਫੀਸ ਹੈ ਉਹ ਉਸ ਫੰਡ ਦੇ ਵਿੱਚੋਂ ਅਸੀਂ ਪੇ ਕਰਾਂਗੇ। ਅਸੀਂ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਵੱਲੋਂ ਸਰਦਾਰ ਐਸ ਪੀ ਸਿੰਘ ਜੀ ਬਰਾਏ ਦਾ ਬਹੁਤ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਇਸ ਕਾਲਜ ਦੇ 46 ਵਿਦਿਆਰਥੀ ਅਜਿਹੇ ਚੁਣੇ ਜਿਨ੍ਹਾਂ ਨੂੰ ਜਿਹੜੇ ਪੜ੍ਹਨ ਲਿਖਣ ਦੇ ਵਿੱਚ ਬਹੁਤ ਹੁਸ਼ਿਆਰ ਨੇ ਪਰ ਕਿਸੇ ਨਾ ਕਿਸੇ ਕਰਕੇ ਉਹ ਜਿਹੜਾ ਹੈ ਉਹ ਆਪਣੀ ਫੀਸ ਨਹੀਂ ਪੇ ਕਰ ਸਕਦੇ। ਸੋ ਇਹਨਾਂ ਨੇ ਉਹਨਾਂ ਦੀ ਆ ਕੇ ਵਿਸ਼ੇਸ਼ ਤੌਰ 'ਤੇ ਬੱਚਿਆਂ ਨਾਲ ਜਿਹੜਾ ਹੈ ਉਹ ਗੱਲਬਾਤ ਵੀ ਕੀਤੀ, ਬੱਚਿਆਂ ਦਾ ਫੋਟੋ ਵੀ ਖਿਚਵਾਈ। ਸੋ ਅੱਜ ਮੈਂ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਵਿਖੇ ਦੇ ਸਾਰੀਆਂ ਹਸ਼ੀਸ਼ਾਂ ਦਾ ਜਿਹੜਾ ਹੈ ਉਹ ਪਹੁੰਚਣ 'ਤੇ ਧੰਨਵਾਦ ਵੀ ਕਰਦਾ। ਅਤੇ ਜੀ ਮਾਤਾ ਗੁਜਰੀ ਐਕਸ ਸਟੂਡੈਂਟ ਯੂਨੀਅਨ ਦੇ ਸੱਦੇ 'ਤੇ ਇੱਥੇ ਆਏ ਸੀ, ਸਰਬੱਤ ਦਾ ਟਰੱਸਟ ਵੱਲੋਂ ਅੱਖਾਂ ਦਾ ਕੈਂਪ ਲਗਾਇਆ ਗਿਆ। ਇੱਥੇ ਆ ਕੇ ਅਸੀਂ ਜੋ ਸਭ ਤੋਂ ਵਧੀਆ ਗੱਲ ਲੱਗੀ ਹੈ ਵੀ ਐਸ ਪੀ ਬਰਾਏ ਸਿੰਘ ਨੇ ਅੱਜ 500 ਮਰੀਜ਼ਾਂ ਦਾ ਲਗਭਗ ਚੈੱਕਅਪ ਹੋ ਜਾਣਾ, ਔਰ ਜੇ ਕਿਸੇ ਦੀ ਅੱਖਾਂ 'ਚ ਕੋਈ ਪ੍ਰੋਬਲਮ ਆਉਂਦੀ ਉਹਨਾਂ ਨੂੰ ਫਰੀ ਆਫ ਕੋਸਟ ਲੈਂਜ ਪਵਾਏ ਜਾਣਗੇ ਔਰ ਉਹਨਾਂ ਨੂੰ ਘਰ ਤੱਕ ਛੱਡ ਕੇ ਆਉਣਗੇ, ਔਰ ਉਦੋਂ ਬਾਅਦ ਵੀ ਜੇ ਕੋਈ ਪ੍ਰੋਬਲਮ ਆਉਂਦੀ ਹੈ ਪਹਿਲ ਦੇ ਆਧਾਰ 'ਤੇ ਇਲਾਜ ਕੀਤਾ ਜਾਏਗਾ, ਜੋ ਕਿ ਬਹੁਤ ਵੱਡਾ ਮਨੁੱਖਤਾ ਲਈ ਚੰਗਾ ਕੰਮ ਹੈ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਅੱਜ ਮਾਤਾ ਗੁਜਰੀ ਕਾਲਜ ਵਿੱਚ ਸਵੇਰੇ 8 ਵਜੇ ਤੋਂ 3 ਵਜੇ ਤੱਕ ਅੱਖਾਂ ਦਾ ਕੈਂਪ ਲਾਇਆ ਜਾ ਰਿਹਾ ਹੈ, ਜਿਹਦੇ ਵਿੱਚ ਆਪਰੇਸ਼ਨ, ਲੈਂਸ, ਦਵਾਈਆਂ, ਐਨ ਨਜ਼ਦੀਕੀਆਂ ਐਨਕਾਂ ਸਾਰਿਆਂ ਨੂੰ ਫਰੀ ਦਿੱਤੀਆਂ ਜਾਣਗੀਆਂ। ਜਿਨ੍ਹਾਂ ਜਿਨ੍ਹਾਂ ਲੋੜਵੰਦਾਂ ਨੂੰ ਆਪਰੇਸ਼ਨ ਜਾਂ ਲੈਂਸ ਪਾਉਣ ਦੀ ਜ਼ਰੂਰਤ ਪਏਗੀ ਉਹਨਾਂ ਨੂੰ ਕੱਲ੍ਹ ਸਵੇਰੇ 8 ਵਜੇ ਤੋਂ ਪਟਿਆਲੇ ਲਈ ਬੱਸ ਰਵਾਨਾ ਹੋਏਗੀ ਅਤੇ ਉਹਨਾਂ ਦੇ ਆਪਰੇਸ਼ਨ ਲੈਂਸ ਪਾਉਣ ਤੋਂ ਬਾਅਦ ਇਸੇ ਜਗ੍ਹਾ 'ਤੇ ਦੁਬਾਰਾ ਲਿਆ ਕੇ ਉਹਨਾਂ ਨੂੰ ਛੱਡਿਆ ਜਾਏਗਾ ਅਤੇ 7ਵੇਂ ਦਿਨ ਤੋਂ ਬਾਅਦ ਉਹਨਾਂ ਦੀਆਂ ਦੁਬਾਰਾ ਚੈੱਕ ਕਰਕੇ ਉਹਨਾਂ ਦਾ ਪੂਰਾ ਸਹੀ ਤਰੀਕੇ ਨਾਲ ਦਵਾਈ ਦੇ ਕੇ ਇਲਾਜ ਕੀਤਾ ਜਾਏਗਾ। ਦੂਸਰਾ, ਅੱਜ ਜਨਰਲ ਮੈਡੀਕਲ ਕੈਂਪ ਵੀ ਲਾਇਆ ਜਾ ਰਿਹਾ ਹੈ ਜੋ ਕਿ 563 ਕੈਂਪ ਹੈ। ਇਸ ਦੇ ਵਿੱਚ ਹਰ ਬਿਮਾਰੀ ਦਾ ਡਾਕਟਰ ਸਾਹਿਬ ਵੱਲੋਂ ਸਪੈਸ਼ਲ ਇਲਾਜ ਕੀਤਾ ਜਾ ਰਿਹਾ ਹੈ, ਦਵਾਈ ਦਿੱਤੀ ਜਾ ਰਹੀ ਹੈ ਅਤੇ ਹਰ ਮਰੀਜ਼ ਨੂੰ ਜੋ ਵੀ ਕਿਸੇ ਚੀਜ਼ ਦੀ ਤਕਲੀਫ ਹੈ ਉਹਦਾ ਇਲਾਜ ਕਰਕੇ ਫਰੀ ਦਵਾਈਆਂ, ਫਰੀ ਸਾਰਾ ਕਾਰਵਾਈ ਕੀਤੀ ਜਾਏਗੀ। ਸਾਰਿਆਂ ਦਾ ਬਹੁਤ ਬਹੁਤ ਮਿਹਰਬਾਨੀ, ਜਿੰਨੀਆਂ ਵੀ ਜਨਤਾ ਇੱਥੇ ਆਈ ਆ ਅਸੀਂ ਸਾਰਿਆਂ ਦਾ ਸ਼ੁਕਰਗੁਜ਼ਾਰ ਹਾਂ ਕਿ ਸਾਡੇ ਕੈਂਪ ਵਿੱਚ ਪਹੁੰਚ ਕੇ ਸੁਧਾਰ ਉਪਰਾਏ ਦਾ ਹੌਸਲਾ ਅਫਜ਼ਾਈ ਕੀਤੀ। ਮੈਂ ਚਾਹੁੰਦਾ ਕਿ ਜਿੰਨੇ ਵੀ ਮਰੀਜ਼ ਆਏ ਨੇ ਉਹਨਾਂ ਦਾ ਅੱਛੇ ਤੋਂ ਅੱਛੇ ਤਰੀਕੇ ਇਲਾਜ ਕੀਤਾ ਜਾਵੇ, ਇਲਾਜ ਹੋ ਰਿਹਾ ਹੈ ਤਾਂ ਕਿ ਉਹ ਸਾਰੇ ਖੁਸ਼ੀ ਆਪਣੇ ਘਰਾਂ ਨੂੰ ਵਾਪਸ। ਫਤਿਹਗੜ੍ਹ ਸਾਹਿਬ ਤੋਂ ਪੰਜਾਬੀ ਸਰਗਰਮੀਆਂ ਲਈ ਬਹਾਦਰ ਸਿੰਘ ਟਵਾਣਾ ਦੀ ਰਿਪੋਰਟ।